ਪੰਜਾਬ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਨੀਤੀਆਂ ਦਾ ਪੰਜਾਬ ਵਾਸੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਜਨਤਾ ਵਿੱਚ ਭਾਰੀ ਰੋਸ ਹੈ। ਨਾਭਾ ਵਿਖੇ ਵੀ ਦਲਿਤ ਅਤੇ ਗਰੀਬ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਗਰੀਬ ਲੋਕਾਂ ਲਈ ਬਿਜਲੀ ਦੇ ਬਿੱਲ ਭਰਨੇ ਪਹਿਲਾਂ ਹੀ ਮੁਸ਼ਕਿਲ ਸਨ, ਪਰ ਹੋਰ ਜ਼ਿਆਦਾ ਵਾਧਾ ਕਰਨ ਨਾਲ ਗਰੀਬ ਲੋਕ ਬਿਜਲੀ ਦੇ ਬਿੱਲ ਕਿੱਥੋਂ ਭਰਨਗੇ। ਜਿਸ ਦੇ ਚੱਲਦਿਆਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਬਿਜਲੀ ਦੇ ਬਿੱਲ ਵਿੱਚ ਕੀਤੇ ਵਾਧਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸਰਕਾਰ ਨੇ ਬਿਜਲੀ 'ਚ ਵਾਧਾ ਕੀਤਾ, ਬੜਾ ਮੰਦਭਾਗੀ ਗੱਲ ਹੈ, ਕਿਉਂਕਿ ਸਰਕਾਰ ਬਣੀ ਨੂੰ ਇੱਕ ਸਾਲ ਕਰੀਬਨ ਹੋਇਆ। ਇੱਕ ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਬਿਜਲੀ ਦੇ ਵਾਰ ਦਰਾਂ 'ਚ ਵਾਧਾ ਕਰਕੇ ਸਮੁੱਚੇ ਪੰਜਾਬ ਵਾਸੀਆਂ ਦਾ ਲੱਕ ਕਬਰ ਤੋੜ ਕੇ ਰੱਖ ਦਿੱਤਾ ਹੈ, ਕਿਉਂਕਿ ਆਰਥਿਕ ਤੌਰ 'ਤੇ ਜਿੱਥੇ ਪੰਜਾਬ ਸਰਕਾਰ ਵੱਡੀ ਵੱਡੀ ਦਵਾਈਆਂ ਦੇ ਰਹੀ ਹੈ ਵੀ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਇਹ ਖਜ਼ਾਨੇ ਨੂੰ ਭਰਨ ਵਾਸਤੇ ਜਿਹੜੀ ਇਹ ਕਮਿਸ਼ਨ ਦੀ ਰਿਪੋਰਟ ਅੱਜ ਉਹਨਾਂ ਨੇ ਪੇਸ਼ ਕੀਤੀ ਹੈ, ਵਾਅਦਾ ਕੀਤਾ ਬਿਜਲੀ ਬੋਰਡ ਦਾ, ਇਹ ਬੜਾ ਅਫਸੋਸ, ਬੜਾ ਦੁੱਖ ਹੈ। ਵਧਾ ਰਹੇ ਨੇ, ਇਹ ਬਹੁਤ ਨਜਾਇਜ਼ ਆ ਗਰੀਬ ਬੰਦਿਆਂ ਵਾਸਤੇ। ਦੇਖੋ ਤੁਸੀਂ, ਬਿਜਲੀ ਦੇ ਆਮ ਹੀ ਖਰਚਿਆਂ ਨਾਲ ਮਤਲਬ ਲੱਕ ਤੋੜਿਆ ਪਿਆ ਸਰਕਾਰ ਨੇ। ਇਹ ਜਿਹੜੇ ਬਿਜਲੀ ਦੇ ਰੇਟ ਵਧਾ ਚੁੱਕੇ ਨੇ, ਬਿਜਲੀ ਦੇ ਰੇਟ ਨੇ ਜਿਹੜੇ ਇਹਨਾਂ ਨੂੰ ਜਾਇਜ਼ ਕਰ ਲੈਣੇ ਚਾਹੀਦੇ ਨੇ। ਇਹ ਨਜਾਇਜ਼ ਵਾਧਾ ਕਰਕੇ ਸਰਕਾਰ ਆਪਣੇ ਖਜ਼ਾਨੇ ਭਰਨਾ ਚਾਹੁੰਦੀ ਆ। ਖਜ਼ਾਨੇ ਭਰ ਕੇ ਵੀ ਕਿਸੇ ਦਾ ਕੁਛ ਨਹੀਂ ਇਹਨਾਂ ਨੇ ਸਵਾਰਨਾ ਹੈਗਾ, ਆਪਦੇ ਪੋਲ ਕੇ ਭਰਨੇ ਨੇ, ਇਹਨਾਂ ਦਾ ਫਾਇਦਾ ਕੋਈ ਨਹੀਂ ਗਾ, ਸਮਝ ਨਹੀਂ। ਗੌਰਮੈਂਟ ਨੂੰ ਗਰੀਬਾਂ ਵਾਸਤੇ ਸੋਚ ਲੈਣਾ ਚਾਹੀਦਾ ਕੁਛ ਨਾ ਕੁਛ। ਆਉਂਦੀ ਆ ਜੀ, ਇੱਕ ਤਾਂ ਲਾਈਟ ਨਹੀਂ ਰਹਿੰਦੀ ਅਤੇ ਇੱਕ ਬਿੱਲ ਵਧਾ ਤੇ ਜੀ ਆ। ਸਾਨੂੰ ਬਾਦਲ ਦੇ ਟਾਈਮ 'ਚ ਕਦੇ ਬਿਜਲੀ ਦਾ ਬਿੱਲ ਹੀ ਨਹੀਂ ਆਇਆ, ਜਿਹੜਾ ਹੁਣ ਸਾਡੀਆਂ ਗਰਦਨਾਂ ਵੱਢਣ ਲੱਗ ਗਈ ਜਿਹਦੇ ਨਾਲ। ਜੀ ਕੀ ਮੰਗ ਹੈ ਤੁਹਾਡੀ? ਮੰਗ ਇਹੀ ਹੈ, ਸਾਨੂੰ ਬਿਜਲੀ ਮਾਫ਼ ਹੋਣੀ ਚਾਹੀਦੀ ਹੈ। ਅੱਛਾ, ਗਰੀਬ ਆਦਮੀ ਇੰਨਾ ਕਿਸੇ ਆਪਣੇ ਬੱਚਿਆਂ ਦਾ ਟਾਈਮ ਹੀ ਪਾਸ ਕਰ ਸਕਦੇ, ਬਿਜਲੀ ਦੇ ਬਿੱਲ ਤੋਂ ਇੰਨਾ ਕਿੰਨਾ ਕੁ ਭਰਾਂਗੇ? ਕਿਤੇ 10,000 ਹੈ, ਕਿਤੇ 20,000 ਹੈ, ਉਹ ਰੋਟੀ 'ਚ ਮਸਾ ਖਾਂਦੇ ਨੇ ਅਤੇ ਬਿਜਲੀ ਬਿੱਲ ਕਿੱਥੋਂ ਲਿਆਉਂਗੇ? ਪੇੜ ਹੋਣ ਜੀ, ਅਸੀਂ ਰੋਟੀ ਖਾਂਦੇ ਹਾਂ। ਜੀ ਪਹਿਲਾਂ ਜੀ ਹੁਣ ਲਾਗੂ ਕਰੇ ਹੋਏ ਨੇ ਜੀ, ਕਿੱਥੋਂ ਭਰੀਏ ਜੀ ਅਸੀਂ? ਸਾਨੂੰ ਕਮਾਈਆਂ ਦਾ ਹੈ ਨਹੀਂ ਜੀ। ਜੀ ਜਿਹੜੇ ਰੇਟ ਵਧੇ ਨੇ ਰਾਤ ਦੇ। ਹਾਂਜੀ, ਰੇਟ ਵਧਾਏ ਗਏ ਨੇ ਰਾਤ, ਰੇਟ ਲੋਕ ਗੌਰਮੈਂਟ ਨੂੰ ਘਟਾਉਣੇ ਚਾਹੀਦੇ ਨੇ ਜੀ। ਜੀ ਅਸੀਂ ਕਿੱਥੋਂ ਲਿਆਈਏ ਜੀ? ਆਮ ਵਰਤੋਂ 'ਤੇ ਜਿਹੜੀ ਵੀ ਆਉਣ ਵਾਲੀ ਚੀਜ਼ ਆ, ਕੈਪਟਨ ਸਾਹਿਬ ਉਹ ਤਾਂ ਮਹਿੰਗੀ ਕਰੀ ਜਾਂਦੇ ਆ। ਜੇਕਰ ਵਾਕਈ ਹੀ ਖਜ਼ਾਨਾ ਖਾਲੀ ਹੈ ਤਾਂ ਆਪਣੇ ਲੀਡਰਾਂ ਦੀ ਤਨਖਾਹ ਬੰਦ ਕਰ ਦੇਣ, ਜੇ ਐਡੇ ਦੇਸ਼ ਭਗਤ ਆ। ਆਹ 3,000 ਜਿਹੜੀ ਯੂਨਿਟ ਇਹਨਾਂ ਨੇ ਕਈ ਸਾਲ ਦੀ ਫੁੱਕਣੀ ਆ, ਤੁਸੀਂ ਆਪ ਹਿਸਾਬ ਲਾ ਲਓ ਵੀ ਇਹਦੇ ਨਾਲ ਕੁਛ ਬਣ ਸਕਦਾ? ਆਮ ਵਰਤੋਂ 'ਚ ਕੂਲਰ ਚੱਲਦੇ ਆ ਗਰੀਬਾਂ ਦੇ ਘਰੇ, 250 ਵਾਟ ਦਾ ਇੱਕ ਕੂਲਰ ਆ, ਇਹ ਕੋਈ ਲਿਮਿਟ ਹੋ ਸਕਦੀ ਆ? ਤਾਂ ਇਹ ਦੁਬਾਰੋਂ ਐਂ ਸੋਚ ਲਓ ਜਿਵੇਂ ਕਿਸੇ ਟਾਈਮ ਸੂਬਾ ਸਰਹੰਦ ਸਰਕਾਰ 'ਚ ਸੀ, ਉਸੇ ਤਰ੍ਹਾਂ ਦੁਬਾਰੋਂ ਆ ਗਈ ਹੈ। ਬਹੁਤ ਹੀ ਹਾਲ ਹੈ, ਜਿੱਦਾਂ ਉਹਨਾਂ ਨੇ ਵੱਢੇ ਸੀ ਇਹ ਵੀ ਵੱਢ ਰਹੇ।